ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਟੀਵੀ ਤੇ ਮੈਂ ਹਾਂ ਨਾਇਬ ਸਿੰਘ ਸਿੱਧੂ ਅਸੀਂ ਪਹੁੰਚਾ ਹੈ ਅੱਜ ਇੱਕ ਅਗਾਹ ਬਧੂਰ ਪਿੰਡ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਮਾਨਕ ਖਾਨਾ ਜਿੱਥੋਂ ਦੇ ਇੱਕ ਮਾਨਮਤੀ ਤੇ ਸਰਪੰਚ ਬਣਿਆ ਹੈ ਅਤੇ ਉਸ ਨੇ ਪਿੰਡ ਦੇ ਨੂੰ ਅਗਾਹ ਬਧਾਉਣ ਲਈ ਬਹੁਤ ਹੀ ਕੰਮ ਕੀਤੇ ਹੈ ਤੇ ਹੁਣ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਵੀ ਮਿਲਣ ਜਾ ਰਹੇ ਹੈਗੇ ਇਸ ਨੂੰ ਲੈ ਕੇ ਆਪਾਂ ਗੱਲ ਕਰਦੇ ਅਗੇ ਸੈਸ਼ਨਦੀਪ ਕੌਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਜ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਨੂੰ ਪਹਿਲਾਂ ਦਾ ਤੁਸੀਂ ਸਰਪੰਚ ਬਣਿਆ ਹੋਗੇ ਤੇ ਪਿੰਡ ਦੀ ਨਹਿਰ ਬਦਲੀ ਸਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਅੱਜ ਦੋ ਨੈਸ਼ਨਲ ਅਵਾਰਡਸ ਲਈ ਚੁਣਿਆ ਗਿਆ ਤਾਂ ਕਿ ਇੱਕ ਐਗਜ਼ਾਮਪਲ ਸੈੱਟ ਕਰ ਚੁੱਕੀ ਹਾਂ ਕਿ ਮੈਂ ਐਜ਼ ਅ ਸਰਪੰਚ ਆਪਾਂ ਇਸ ਤਰ੍ਹਾਂ ਕੰਮ ਕਰ ਸਕਦੇ ਹਾਂ ਕਿਉਂਕਿ ਜਦੋਂ ਮੈਂ ਸਰਪੰਚ ਬਣੀ ਸੀ ਤਾਂ ਲੋਕਾਂ ਨੇ ਕਿਹਾ ਸੀ ਵੀ ਸਰਪੰਚੀ ਸਿਰਫ ਸਭ ਤੋਂ ਪਹਿਲਾਂ ਜੋ ਗੱਲ ਆਉਂਦੀ ਹੈ ਵੀ ਠਾਣਿਆਂ ਦੀ ਗੱਲ ਆਉਂਦੀ ਹੈ ਠਾਣੇ 'ਚ ਜਾਣਾ ਪੈਂਦਾ ਜੋ ਕਿ ਉਹ ਇੱਕ ਸਰਪੰਚ ਦਾ ਕੰਮ ਨਹੀਂ ਹੁੰਦਾ ਹੈਗਾ ਕਿਉਂਕਿ ਸਰਪੰਚ ਦੀ ਖੁਦ ਦੀ ਇੱਕ ਨੂੰ ਕੋਰਟ ਦੀਆਂ ਪਾਵਰਸ ਹੁੰਦੀਆਂ ਨੇ ਮਸਲੇ ਹੱਲ ਕਰਨ ਦੀਆਂ ਸੋ ਹੋਰ ਵੀ ਡਿਵੈਲਪਮੈਂਟ ਦੇ ਕੰਮ ਹੁੰਦੇ ਨੇ ਜੋ ਐਜ਼ ਅ ਆਪਾਂ ਸਰਪੰਚ ਕਰ ਸਕਦੇ ਹਾਂ ਤਾਂ ਇਸ ਤਰ੍ਹਾਂ ਦੀ ਐਗਜ਼ਾਮਪਲ ਮੈਂ ਸੈੱਟ ਕੀਤੀ ਹੈ ਕਿ ਉਹਨਾਂ ਵਾਲ ਜਿਸ ਐ ਜੋ ਹੋਰ ਵੀ ਸਰਪੰਚਸ ਨੇ ਜਾਂ ਕੁੜੀਆਂ ਕੋਈ ਸਰਪੰਚ ਬਣਦੀਆਂ ਨੇ ਤਾਂ ਇਸ ਤਰ੍ਹਾਂ ਦੇ ਕੰਮ ਕਰਨ ਲੱਗਿਆ ਕਿ ਜਿਵੇਂ ਕਹਾਤ ਬਣਿਆਂਗੇ ਵੀ ਜਿਹੜੇ ਲੇਡੀਜ਼ ਹੁੰਦੀ ਹੈਗੀ ਉਹ ਸਿਰਫ ਚਾਰਦਵਾਰੀ ਤੇ ਰਹਿ ਕੇ ਕੰਮ ਕਰ ਸਕਦੀ ਹੈ ਜਰ ਤੋਂਈ ਦੇ ਕੰਮ ਕਰਨ ਵਾਲੀ ਹੁੰਦੀ ਹੈ ਪਰ ਤੁਸੀਂ ਤਾਂ ਬਹੁਤ ਕੁਝ ਕਰਕੇ ਦਿਖਾਤਾ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸੇ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹੜੀ ਔਰਤ ਹੈ ਉਹ ਸਿਰਫ ਘਰੇ ਹੀ ਕੰਮ ਕਰਦੀ ਹੈ ਪਰ ਮੈਂ ਆਪਣੇ ਜੇ ਪਰਿਵਾਰ ਦੀ ਗੱਲ ਕਰਾਂ ਤਾਂ ਮੈਂ ਆਪਣੇ ਮੰਮਾ ਦੀ ਜਾਂ ਮੇਰੇ ਮਾਸੀ ਜੀ ਨੇ ਉਹ ਦੋਨੋਂ ਬਾਹਰ ਵੀ ਕੰਮ ਕਰਦੀਆਂ ਨੇ ਮੇਰੇ ਮਾਸੀ ਜੀ ਤਾਂ ਆਪਣਾ ਇੰਸਟੀਚਿਊਟ ਰਨ ਕਰਦੇ ਨੇ ਤੇ ਮੇਰੇ ਮੰਮਾ ਨੇ ਉਹ ਟੀਚਰ ਨੇ ਤਾਂ ਮੈਂ ਉਹਨਾਂ ਨੂੰ ਹਮੇਸ਼ਾ ਤੋਂ ਦੇਖਿਆ ਕਿ ਉਹ ਕਿਸ ਤਰ੍ਹਾਂ ਆਪਣੇ ਪੂਰੇ ਪਰਿਵਾਰ ਨੂੰ ਸੰਭਾਲਦੀਆਂ ਨੇ ਕਿਸ ਤਰ੍ਹਾਂ ਬਾਹਰ ਵੀ ਕੰਮ ਕਰਦੀਆਂ ਨੇ ਉਹਨਾਂ ਤੋਂ ਹੀ ਮੈਨੂੰ ਸਿੱਖਣ ਨੂੰ ਮਿਲਿਆ ਕਿ ਮੈਂ ਆਪਣੇ ਘਰੇ ਵੀ ਆਪਣਾ ਕੰਮ ਕਰਦੀ ਆਂ ਪਲੱਸ ਮੈਂ ਇੱਥੇ ਆਪਣੇ ਕਿਵੇਂ ਆਪਣੇ ਪਿੰਡ ਦੇ ਕੰਮ ਕਰਨਾ ਉਹ ਵੀ ਸਿੱਖਦੀਆਂ ਇਸੇ ਤਰ੍ਹਾਂ ਹੀ ਮੈਂ ਔਰਤਾਂ ਨੂੰ ਵੀ ਇਨਸਪਾਇਰ ਕਰਦੀ ਆ ਆਪਣੇ ਪਿੰਡ ਦੀਆਂ ਔਰਤਾਂ ਨੂੰ ਮੈਂ ਚਾਹੁੰਦੀ ਆ ਘਰਾਂ ਚ ਨਾ ਰਹਿ ਕੇ ਬਾਹਰ ਆ ਕੇ ਕੰਮ ਕਰਨ ਹੁਣ ਅਸੀਂ ਪਹਿਲਾਂ ਇੱਕ ਜਿਵੇਂ ਸੈਲਫ ਹੈਲਪ ਗਰੁੱਪ ਬਣਾਏ ਨੇ ਤਾਂ ਅਸੀਂ ਚਾਹੁੰਦੇ ਆ ਵੀ ਉਹਨਾਂ ਦੇ ਵਿੱਚ ਉਹਨਾਂ ਨੂੰ ਕੰਮ ਮਿਲੇ ਤਾਂ ਔਰਤਾਂ ਘਰਾਂ ਚੋਂ ਨਿਕਲ ਕੇ ਬਾਹਰ ਕੰਮ ਕਰਨ ਤੇ ਉਹਨਾਂ ਦੀ ਕਮਾਈ ਦਾ ਸਾਧਨ ਵੀ ਹੋਵੇ ਜਿਵੇਂ ਪਿੰਡਾਂ ਚ ਹੁੰਦਾਗਾ ਵੀ ਸਰਪੰਚ ਬਣ ਗਿਆ ਉਹਨੇ ਗਲੀਆਂ ਨਾਲੀਆਂ ਬਣਾਤੀਆਂ ਜਾਂ ਛੱਪੜਾਂ ਦੀਆਂ ਕੰਦਾ ਘੜਤੀਆਂ ਜਾਂ ਸ਼ਵਿਸ਼ਾਨ ਘਾਟਦੀਆਂ ਕੰਦਾ ਘੜਤੀਆਂ ਪਰ ਤੁਸੀਂ ਇਹਨਾਂ ਕੰਮਾਂ ਨੂੰ ਛੱਡ ਕੇ ਹੋਰ ਕੰਮਾਂ ਤੇ ਆਏ ਹੋ ਉਸ ਵਰਕ ਕੀ ਕਹਿਣਾ ਹੈ ਉਹ ਉਹ ਕੰਮ ਕਿਉਂ ਚੁਣेंगे ਕਿ ਸਰ ਮੈਨੂੰ ਲੱਗਦਾ ਵੀ ਐਜੂਕੇਸ਼ਨ ਹੈ ਜਿਹੜੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਸਾਡੀ ਹੋਣੀ ਚਾਹੀਦੀ ਹੈ ਚਾਹੇ ਸਕੂਲ ਹੋਵੇ ਲਾਇਬ੍ਰੇਰੀ ਹੋਵੇ ਇਹ ਜ਼ਰੂਰੀ ਨੇ ਤਾਂ ਕਿ ਲੋਕ ਹੈ ਉਹਨਾਂ ਨੂੰ ਪਤਾ ਲੱਗੇ ਵੀ ਪੜ੍ਹਾਈ ਕੀ ਚੀਜ਼ ਹੈ ਉਹਦੀ ਇੰਪੋਰਟੈਂਸ ਉਹਨਾਂ ਨੂੰ ਪਤਾ ਲੱਗੇ ਸਾਡੇ ਰੀਡਿੰਗ ਹੈਬਿਟਸ ਨਹੀਂ ਹੈਗੀਆਂ ਬੱਚਿਆਂ ਨੂੰ ਪੜ੍ਹਨ ਦੀ ਆਦਤ ਨਹੀਂ ਹੈਗੀ ਤਾਂ ਮੈਂ ਚਾਹੁੰਦੀ ਉਹ ਪਹਿਲਾਂ ਪੜ੍ਹਾਈ ਤੇ ਹੀ ਮੈਂ ਕੰਮ ਕਰਨਾ ਚਾਹੁੰਦੀ ਸੀ ਸਭ ਤੋਂ ਪਹਿਲਾਂ ਇਵਨ ਮੇਰਾ ਸਕੂਲ ਦਾ ਸੀਗਾ ਉਹ ਨਹੀਂ ਹੋ ਪਾਇਆ ਕਿਉਂਕਿ ਸਾਡੇ ਕੋਲ ਉਨੀ ਗ੍ਰਾਂਟ ਨਹੀਂ ਸੀਗੀ ਹੁਣ ਹੈ ਤਾਂ ਅਸੀਂ ਸਕੂਲ ਦੀ ਬਿਲਡਿੰਗ ਬਣਾਵਾਂਗੇ ਫਿਰ ਉੱਥੇ ਬਹੁਤ ਵਧੀਆ ਜੋ ਹੈ ਟੀਚਰਸ ਹੋਣਗੇ ਤਾਂ ਕਿ ਬੱਚ ਆਹੀ ਹੈ ਉਹਨਾਂ ਦਾ ਬੇਸਿਕ ਹੈ ਜਿਹੜਾ ਉਹ ਸਟਰੋਂਗ ਹੋ ਸਕੇ ਜੇ ਪਿੰਡਾਂ 'ਚ ਤਾਂ ਇਹ ਸਿਰਫ ਨਾ ਗਲੰਗਾ ਨਾ ਲੰਗਾ ਤਰ੍ਹਾਂ ਕੇ ਤੁਸੀਂ ਲਾਇਬ੍ਰੇਰੀ ਬਣਾਈ ਹੈਗੀ ਹੋਰ ਵੀ ਕੰਮ ਕਰ ਰਹੇ ਹੋ ਪਰ ਜਿਹੜੀਆਂ ਸਿਹਤ ਸਹੂਲਤਾਂ ਜਾਂ ਸਿੱਖਿਆ ਸਹੂਲਤਾਂ ਹੁੰਦੀਆਂ ਉਹ ਤੋਂ ਸਾਰੇ ਪਿੰਡੇ ਬਾਝੇ ਰਹਿ ਜਾਂਦਾ ਹੈਗੇ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਸੇਮੇ ਇਹ ਹੈ ਕਿ ਸਕੂਲ ਦਾ ਕਰ ਚੁੱਕੇ ਹੁਣ ਇਸ ਤੋਂ ਬਾਅਦ ਮੇਰਾ ਜਿਹੜਾ ਫੋਕਸ ਰਹੂਗਾ ਸਿਹਤ ਸਹੂਲਤਾਂ ਤੇ ਰਹੂਗਾ ਤਾਂ ਕਿ ਪਿੰਡ ਵਿੱਚ ਵੀ ਮੈਂ ਲੋਕਾਂ ਨੂੰ ਉਹ ਪ੍ਰੋਵਾਈਡ ਕਰ ਸਕਾਂ ਬਾਕੀ ਆਰਐਮਪੀ ਡਾਕਟਰਸ ਤਾਂ ਹੈਗੇ ਨੇ ਐਂਡ ਸਾਡੇ ਰਾਏਖਾਨੇ ਦੇ ਨਾਲ ਜੋ ਸਾਂਝੀ ਹੈਗੀ ਆ ਇੱਕ ਜਿਹੜਾ ਤੁਸੀਂ ਗਲੀਆਂ ਨਾਲੀਆਂ ਦੀ ਗੱਲ ਕੀਤੀ ਇਹ ਸਾਡੇ ਨਾ ਐਕਚੁਅਲੀ ਥੋੜਾ ਪੋਲੀਟੀਕਲੀ ਹੀ ਇੱਥੋਂ ਤੱਕ ਸਾਨੂੰ ਰੱਖਿਆ ਜਾਂਦਾ ਵੀ ਚਲੋ ਜੀ ਫਲਾਨੇ ਦੀ ਗਲੀ ਬਣ ਜਾਏ ਫਲਾਨੇ ਦੀ ਗਲੀ ਬਣ ਜਾਏ ਪਰ ਇਹ ਨਹੀਂ ਸੋਚਿਆ ਜਾਂਦਾ ਕਿ ਹੋਰ ਜੋ ਬੇਸਿਕ ਚੀਜ਼ਾਂ ਨੇ ਉਹ ਪਿੰਡ ਵਿੱਚ ਜ਼ਿਆਦਾ ਜ਼ਰੂਰਤ ਹੈ ਉਹਨਾਂ ਦੀ ਗਲੀਆਂ ਨਾਲੀਆਂ ਸਾਡੀਆਂ ਬਹੁਤ ਵਾਰ ਬਣ ਚੁੱਕੀਆਂ ਨੇ ਉਹ ਬਣਦੀਆਂ ਆ ਰਹੀਆਂ ਨੇ ਸਾਨੂੰ ਆਜ਼ਾਦੀ ਨੂੰ 75 ਸਾਲ ਹੋ ਗਏ ਅੱਜ ਤੱਕ ਸਾਡੀਆਂ ਗਲੀਆਂ ਨਾਲੀਆਂ ਕਿਉਂ ਨਹੀਂ ਬਣੀਆਂ ਕਿਤੇ ਨਾ ਕਿਤੇ ਸਾਡੇ ਪੋਲੀਟੀਕਲ ਸਟਰਕਚਰ ਚ ਹੀ ਇਹ ਜੋ ਕਮੀ ਹੈਗੀ ਆ ਜਾਂ ਪਿਛਲੇ ਸਰਪੰਚਾਂ ਚ ਰਹੀ ਹੈ ਕਿ ਉਹਨਾਂ ਨੇ ਇਹ ਜੋ ਪ੍ਰੋਪਰ ਨਹੀਂ ਬਣਾਈਆਂ ਜਾਂ ਕੋਈ ਨਾ ਕੋਈ ਕਮੀ ਰਹੀ ਹੈ ਤਾਂ ਮੈਂ ਚਾਹੁੰਦੀ ਆ ਵੀ ਉਹ ਫਿਰ ਉਹ ਇੱਕ ਇਹ ਜਿਹੀ ਚੀਜ਼ ਹੈ ਜੋ ਮੈਨੂੰ ਲੱਗਦਾ ਹਲੇ ਆਉਣ ਵਾਲੇ ਸਾਲਾਂ ਤੱਕ ਚੱਲਦਾ ਰਹੂਗਾ ਕਿਉਂਕਿ ਇੱਕੇ ਵਾਰ ਚ ਨਹੀਂ ਹੋ ਖਤਮ ਹੁੰਦਾ ਤਾਂ ਗਲੀਆਂ ਨਾਲੀਆਂ ਤੇ ਅਸੀਂ ਬਾਅਦ ਵਿੱਚ ਫੋਕਸ ਕਰਾਂਗੇ ਪਹਿਲਾਂ ਸਾਡਾ ਇਹ ਹੈ ਕਿ ਜੋ ਬੇਸਿਕ ਚੀਜ਼ਾਂ ਹੁੰਦੀਆਂ ਪਿੰਡ ਦੀਆਂ ਅਸੀਂ ਉਹਨਾਂ ਤੇ ਕੰਮ ਕਰਾਂਗੇ ਸੋਡੇ ਅਗਲੇ ਪ੍ਰੋਜੈਕਟ ਕਿਹੜੇ ਕਿਹੜੇ ਆ ਰਹੇ ਆ ਜੀ ਸਿਰਫ ਦੋ ਤਾਂ ਪ੍ਰੋਜੈਕਟ ਸਾਡੇ ਚੱਲ ਰਹੇ ਨੇ ਜਿਹੜੇ ਮੇਨ ਐ ਉਹ ਵੀ ਬੇਸਿਕ ਨੇ ਬਿਲਕੁਲ ਜਿਵੇਂ ਆਪਾਂ ਕਹੀਏ ਕਿ ਸਾਡੇ ਪਾਣੀ ਦੀ ਸਾਮ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਆਪਣੇ ਇਧਰ ਬਠਿੰਡਾ ਜ਼ਿਲ੍ਹੇ ਦਾ ਪਾਣੀ ਆ ਜੋ ਬਹੁਤ ਨੀਚੇ ਜਾ ਚੁੱਕਿਆ ਐ ਐਂਡ ਇਵਨ ਉਹਦੀ ਜੋ ਕੁਆਲਿਟੀ ਆ ਉਹ ਵੀ ਬਹੁਤ ਖਰਾਬ ਐ ਹੈਵੀ ਮੈਟਲਸ ਆਉਂਦੇ ਨੇ ਤਾਂ ਕੈਂਸਰ ਵਰਗੀਆਂ ਬਿਮਾਰੀਆਂ ਜੋ ਬਹੁਤ ਲੱਗਦੀਆਂ ਨੇ ਤਾਂ ਉਹਦੇ ਲਈ ਸਾਡਾ ਇਹ ਸੀ ਕਿ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਹਰੇਕ ਘਰੇ ਅਸੀਂ ਲਾਉਣੇ ਨੇ ਐਂਡ ਏਡੀਸੀ ਸਰ ਨੇ ਜੋ ਆਏ ਸਰਮਵੀਰ ਸਿੰਘ ਉਹਨਾਂ ਦਾ ਇਹ ਹੀ ਸੁਪਨਾ ਐ ਕਿ ਇਹਨੂੰ ਅਸੀਂ 100% ਕਰਨਾ ਐ ਮਤਲ ਪ੍ਰੋਜੈਕਟ ਲੱਗੇਗਾ ਤਾਂ ਕਿ ਜੋ ਮੀਂਹ ਦਾ ਪਾਣੀ ਹੈ ਜਾਂ ਗ੍ਰੇ ਵਾਟਰ ਹੈ ਉਹ ਪਿਉਰੀਫਾਈ ਹੋ ਕੇ نیچے ਧਰਤੀ ਦੇ ਥੱਲੇ ਜਾਵੇ ਤੇ ਪਾਣੀ ਹੈ ਜਿਹੜਾ ਉਹਦੇ ਪੱਧਰ ਉੱਚਾ ਹੋਵੇ ਦੂਜਾ ਪ੍ਰੋਜੈਕਟ ਹੈ ਜੀ ਸੋਲਿਡ ਵੇਸਟ ਮੈਨੇਜਮੈਂਟ ਸਾਫ ਸਫਾਈ ਦੇ ਲਈ ਤੇ ਅਸੀਂ ਘਰਾਂ ਦੀ ਜੋ ਸਫਾਈ ਕਰਦੇ ਹਾਂ ਉਸ ਦੇ ਕੂੜੇ ਦਾ ਸਾਡਾ ਸਮਾਧਾਨ ਨਹੀਂ ਹੁੰਦਾ ਜਾਂ ਪਲਾਸਟਿਕ ਉਹ ਗਲੀਆਂ 'ਚ ਰਹਿੰਦਾ ਨਾਲੀਆਂ 'ਚ ਰਹਿੰਦਾ ਤਾਂ ਉਹਦੇ ਲਈ ਹੈ ਕਿ ਅਸੀਂ ਹਰ ਘਰ ਨੂੰ ਦੋ ਦੋ ਡਸਟਬਿਨ ਵੰਡੇ ਨੇ ਐਂਡ ਅਸੀਂ ਇਹ ਕੀਤਾ ਵਿਦ ਹੈਲਪ ਆਫ ਰਾਊਂਗਲੈਸ ਫਾਊਂਡੇਸ਼ਨ ਉਹਨਾਂ ਨੇ ਸਾਨੂੰ ਡਸਟਬਿਨ ਵੰਡਣ ਦੇ ਵਿੱਚ ਪਲੱਸ ਗ੍ਰਾਮ ਸਭਾ ਦੇ ਇੱਕ اجلاس ਦੇ ਵਿੱਚ ਨੇ ਐਗਜ਼ਿਬਿਸ਼ਨ ਲਗਾ ਕੇ ਪਿੰਡ ਦੇ ਲੋਕਾਂ ਨੂੰ ਦੱਸਿਆ ਗਿੱਲਾ ਕੂੜਾ ਕੀ ਹੁੰਦਾ ਸੁੱਕਾ ਕੂੜਾ ਕੀ ਹੁੰਦਾ ਐਂਡ ਕਿਸ ਤਰ੍ਹਾਂ ਤੁਸੀਂ ਕਲੈਕਟ ਕਰਕੇ ਜਿਹੜਾ ਵੇਸਟ ਕਲੈਕਟਰ ਨੂੰ ਫੜਾਉਣਾ ਤਾਂ ਉਹ ਹੀ ਦੋ ਪ੍ਰੋਜੈਕਟ ਨੇ ਜਿਹੜੇ ਸਾਡੇ ਚੱਲ ਰਹੇ ਨੇ ਆਉਣ ਵਾਲੇ ਸਮੇਂ ਦੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਅਸੀਂ ਛੱਪਣਾ ਤੇ ਕੰਮ ਕਰਾਂਗੇ ਜਿਹੜਾ ਪਾਈਪਲਾਈਨ ਪਾ ਕੇ ਅਸੀਂ ਗੰਦਾ ਪਾਣੀ ਹੈ ਜਿਹੜਾ ਪਿੰਡ ਦਾ ਉਹ ਡਰੇਨ ਚ ਕੱਟਾਂਗੇ ਹੁਣ ਜੇ ਮੈਂ ਪਿੰਡਾਂ ਨਾਲ ਤੁਸੀਂ ਕੋਈ ਗਲੀਆਂ ਨਾਲੀਆਂ ਨਹੀਂ ਬਣਾਉਂਗਾ ਪਰ ਲੋਕ ਬੜ ਗਲੀਆਂ ਨਾਲੀਆਂ ਤੇ ਸਿਰਫ ਹੁੰਦੇ ਹੈਗੇ ਉਹ ਤਾਂ ਕਿਸੇ ਨੇ ਵਿਰੋਧ ਵੀ ਕੀਤਾ ਹੋਵੇਗਾ ਤੁਹਾਡੇ ਕੋਲ ਵਿਰੋਧ ਵੀ ਆਇਆ ਹੋਊ ਮੇ ਬਿਲਕੁਲ ਸਰ ਲੋਕ ਕਹਿੰਦੇ ਆ ਵੀ ਪਿੰਡ ਚ ਵਿਕਾਸ ਕੀ ਹੋਇਆ ਨਾ ਹੀ ਤਾਂ ਲਾਇਬ੍ਰੇਰੀ ਨੂੰ ਵਿਕਾਸ ਮੰਨਿਆ ਜਾਂਦਾ ਨਾ ਹੀ ਪਾਰਕ ਨੂੰ ਵਿਕਾਸ ਮੰਨਿਆ ਜਾਂਦਾ ਨਾ ਹੀ ਇਹ ਜਿਹੜੇ ਮੈਂ ਤੁਹਾਨੂੰ ਦੋ ਪ੍ਰੋਜੈਕਟਸ ਇਹ ਤੋਂ ਪਹਿਲਾਂ ਦੱਸ ਚੁੱਕੀ ਆ ਇਸ ਨੂੰ ਵਿਕਾਸ ਮੰਨਿਆ ਜਾਂਦਾ ਸਾਡੀ ਸੋਚ ਇੱਥੇ ਹੈ ਕਿ ਵਿਕਾਸ ਉਦੋਂ ਹੋਊਗਾ ਜਦੋਂ ਸਾਡੀਆਂ ਗਲੀਆਂ ਨਾਲੀਆਂ ਬਣ ਜਾਣਗੀਆਂ ਸਿਰਫ ਜੇ ਉਹ ਹੋ ਗਈਆਂ ਤਾਂ ਪਿੰਡ ਬਹੁਤ ਅੱਗਿਆ ਜੇ ਪਿੰਡ ਦਾ ਵਿਕਾਸ ਹੋ ਗਿਆ ਇਹੀ ਹੈ ਕਿ ਮੈਂ ਇੱਕ ਇਹ ਵੀ ਚਾਹੁੰਦੀ ਆ ਕਿ ਮੇਰੇ ਪਿੰਡ ਦੇ ਲੋਕਾਂ ਦਾ ਜੋ ਦਿਮਾਗੀ ਹਾਲਤ ਹੈ ਜਾਂ ਮੈਂਟਲ ਹੈ ਮੈਂਟਲ ਡਵੈਲਪਮੈਂਟ ਹੋ ਮੇਟੋਨਿਓ ਦਿਮਾਗ ਤੋਂ ਉਪਰ ਹੋਰ ਵਿਕਸਿਤ ਹੋਣ ਤੇ ਉਹਨਾਂ ਦੀ ਸੋਚ ਹੈ ਜੋ ਸਿਰਫ ਗਲੀਆਂ ਨਾਲੀਆਂ ਤੱਕ ਨਾ ਖੜੇ ਉਹਨਾਂ ਨੂੰ ਲਾਇਬ੍ਰੇਰੀ ਦੀ ਇੰਪੋਰਟੈਂਸ ਪਤਾ ਲੱਗੇ ਉਹਨਾਂ ਨੂੰ ਕੂੜੇ ਦੀ ਸਾਮ ਸੰਭਾਲ ਦੀ ਇੰਪੋਰਟੈਂਸ ਪਤਾ ਲੱਗੇ ਤੇ ਜੋ ਪਾਣੀ ਹੈ ਸਾਡਾ ਪੱਧਰ ਨੀਚੇ ਜਾ ਰਿਹਾ ਉਹਦਾ ਪਤਾ ਲੱਗੇ ਜਿਵੇਂ ਆਪਣੇ ਹਿੰਦੁਸਤਾਨ 'ਚ ਮਰਦ ਪ੍ਰਧਾਨ ਕਿਹਾ ਜਾਂਦਾ ਹੈਗਾ ਉਹਨੂੰ ਮੂਰੇ ਰੱਖਿਆ ਜਾਂਦਾ ਕਿਤੇ ਵੀ ਨਾਮ ਆਵੇ ਮਰਦ ਦਾ ਮੂਰੇ ਆਉਂਦਾ ਲੇਡੀਜ਼ ਦਾ ਨਾਮ ਅੰਗਰ ਆਉਂਦਾ ਪਰ ਤੁਸੀਂ ਇਹਨੂੰ ਉਲਟ ਕਰਕੇ ਦਿਖਾਏਗਾ ਵੀ ਤੁਹਾਡੇ ਜਿਹੜੇ ਨੇਮ ਪਲੇਟਾਂ ਘਰਾਂ ਤੇ ਲੱਗੀਆਂ ਉਹ ਪਹਿਲਾਂ ਲੇਡੀਜ਼ ਦਾ ਨਾਮ ਹੈਗਾ ਤੇ ਫੇਰ ਮਰਦਾ ਹੈਗਾ ਉਹ ਕਿੱਥੋਂ ਤੁਹਾਨੂੰ ਦਿਮਾਗ ਸੋ ਇਹ ਪਹਿਲੀ ਗੱਲ ਤਾਂ ਅਸੀਂ ਹਿੰਮਤਪੁਰਾ ਪਿੰਡ ਵਿਜ਼ਿਟ ਕੀਤਾ ਸੀਗਾ ਸਾਨੂੰ ਉੱਥੇ ਦੇਖਿਆ ਕਿ ਇਸ ਤਰ੍ਹਾਂ ਔਰਤ ਦੇ ਨਾਮ ਦੀ ਨੇਮ ਪਲੇਟ ਲੱਗੀ ਹੋਈ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਮੈਨੂੰ ਇਨਸਪਾਇਰਿੰਗ ਲੱਗਿਆ ਕਿ ਮੈਂ ਵੀ ਕੁਝ ਅਲੱਗ ਕਰਕੇ ਦਿਖਾਵਾਂ ਆ ਪਿੰਡ ਦੇ ਲਈ ਫਿਰ ਸਾਡੇ ਪਿੰਡ ਦੇ ਕੁਝ ਲੋਕਾਂ ਦੇ ਸਹਿਯੋਗ ਦੇ ਨਾਲ ਸਾਡੇ ਇੱਕ ਹੈਗੇ ਆ ਹਰਮਿਤ ਸਿੰਘ ਪੁੱਲਰ ਐਂਡ ਉਹਨਾਂ ਦੇ ਸਹਿਯੋਗ ਦੇ ਨਾਲ ਦਾਨ ਕੀਤਾ ਉਹਨਾਂ ਨੇ ਅਸੀਂ ਕੁਝ ਕੁ ਨੇਮ ਪਲੇਟਸ ਆ ਫਿਰ ਜੋ ਲਗਾਈਆਂ ਨੇ ਉਹਨਾਂ ਦੇ ਨਾਮ ਤੇ ਔਰਤਾਂ ਦੇ ਨਾਮ ਤੇ ਤੇ ਮੈਂ ਚਾਹੁੰਨੀ ਔਰਤਾਂ ਲਈ ਹੀ ਹੋਰ ਕੰਮ ਅੱਗੇ ਕਰ ਸਕਾਂ ਤੁਹਾਡੀ এডੂਕੇਸ਼ਨ ਕੀ ਹੈ ਤੇ ਕਿੱਥੋਂ-ਕਿੱਥੋਂ ਤੁਸੀਂ ਹਾਸਲ ਕੀਤੀ ਹੈ ਸਰ ਮੈਂ ਸਕੂਲਿੰਗ ਮੇਰੀ ਆਰਬੀਡੀਏ ਵੀ ਸੀਨੀਅਰ ਸੈਂਟਰੀ ਪਬਲਿਕ ਸਕੂਲ ਬਠਿੰਡਾ ਦੀ ਹੈ ਐਂਡ ਜੋ ਮੇਰੀ ਗ੍ਰੈਜੂਏਸ਼ਨ ਹੈ ਬੀਐਸਏ ਐਗਰੀਕਲਚਰ ਉਹ ਮੈਂ ਬਾਬਾ ਫਰੀਦ ਕਾਲਜ ਤੇੋਂ ਤੋ ਕੀਤੀ ਇਹ ਸਨ ਸੈਸ਼ਨਦੀਪ ਕੌਰ ਅਤੇ ਹੁਣ ਆਪਾਂ ਗੱਲ ਕਰਾਂਗੇ ਇਹਨਾਂ ਦੇ ਜਿਹੜੇ ਟੀਚਰ ਹੈਗੇ ਜਿਨ੍ਹਾਂ ਨੇ ਇੱਥੋਂ ਤੱਕ ਇਹਨਾਂ ਨੂੰ ਪਹੁੰਚਾਇਆ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਸਾਡੇ ਨਾਲ ਹੁਣ ਜੁੜੇ ਹੈਗੇ ਸੈਸ਼ਨਦੀਪ ਕੌਰ ਦੇ ਟੀਚਰ ਜਿਨ੍ਹਾਂ ਨੇ ਕਿ ਇਤੋਂ ਤੱਕ ਇਹਨਾਂ ਨੂੰ ਪਹੁੰਚਾਇਆ ਗੱਲ ਕਰਦੇ ਆਪਾਂ ਸ਼ਰਮਾ ਜੀ ਸੱਸੀਗਰ ਸ਼ਰਮਾ ਜੀ ਸਤਿਕਾਰਯੋਗ ਸਭ ਸਾਥੀਕਾਰ ਕੀ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਇਆ ਵੀ ਜਿਵੇਂ ਇਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ ਹੈ ਹਾਂਜੀ ਅੱਜ ਸੱਚੀ-ਮੁੱੱਚੀ ਜਦ ਸਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਪਤਾ ਲੱਗਿਆ ਸਾਨੂੰ ਕਿ ਸਾਡੀ ਸਟੂਡੈਂਟ ਜਾਂ ਮੈਂ ਤਾਂ ਕਹਾ ਕਿ ਸਾਡੀ ਬੇਟੀ ਉਹਨੂੰ ਐਡਾ ਵੱਡਾ ਸਨਮਾਨ ਦਿੱਤਾ ਜਾ ਰਿਹਾ ਤੇ ਇਹ ਸਨਮਾਨ ਵੀ ਕੋਈ ਐਵੇਂ ਕਾਗਜ਼ੀ ਸਨਮਾਨ ਨਹੀਂ ਉਹਦੇ ਕੀਤੇ ਕੰਮਾਂ ਕਰਕੇ ਹੈ ਉਦੇ ਕੰਮਾਂ ਕਰਕੇ ਉਹਦੀ ਪਛਾਣ ਬਣੀ ਹੈ ਤੇ ਉਹਨੇ ਸਾਨੂੰ ਇਸ ਗੱਲ ਦਾ ਵੀ ਬੜਾ ਮਾਣ ਹੈ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਦੋ ਹੀ ਬੰਦਿਆਂ ਨੂੰ ਇੱਕ ਟੀਚਰ ਨੂੰ ਤੇ ਇੱਕ ਮਾਪਿਆਂ ਨੂੰ ਜਦੋਂ ਉਹਨਾਂ ਦਾ ਬੱਚਾ ਤਰੱਕੀ ਕਰਦਾ ਹੈ ਤੇ ਉਹਨਾਂ ਦਾ ਸਿਰ ਉੱਚਾ ਹੁੰਦਾ ਹੈ ਬਾਕੀ ਤੀਜਾ ਬੰਦਾ ਸ਼ਾਇਦ ਇਸ ਗੱਲ ਦੀ ਖੁਸ਼ੀ ਨਾ ਮਨਾਵੇ ਤੋਂ ਸਾਨੂੰ ਇਸ ਗੱਲ ਦੀ ਇੰਨੀ ਖੁਸ਼ੀ ਇਸ ਗੱਲ ਤੇ ਮਹਿਸੂਸ ਹੋਈ ਕੱਲ ਪਰਸੋਂ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਅਖਬਾਰ 'ਚ ਵੀ ਅਸੀਂ ਦੇਖਿਆ ਤੇ ਵੱਡੀ ਗੱਲ ਜਿਹੜੀ ਗੱਲ ਹੈ ਨਾ ਸਾਨੂੰ ਅਵਾਰਡ ਨਾਲੋਂ ਜਿਹੜਾ ਕੰਮ ਐਜ਼ ਇੱਕ ਔਰਤ ਹੁੰਦੇ ਹੋਏ ਸਾਡੀ ਇਹ ਬੇਟੀ ਕਰਦੀ ਹੈ ਉਹ ਸਾਡੇ ਲਈ ਉਦੋਂ ਵੀ ਮਾਣ ਵਾਲੀ ਗੱਲ ਹੈ ਉਹ ਸਭ ਤੋਂ ਵੱਡਾ ਅਵਾਰਡ ਹੈ ਕਿਉਂਕਿ ਜੇ ਔਰਤ ਇੱਕ ਗੱਲ ਕਿਸੇ ਦੇ ਅੱਗੇ ਲੱਗ ਕੇ ਕਿਸੇ ਕੰਮ ਨੂੰ ਕਰਦੀ ਹੈ ਨਾ ਉਹ ਉਹਦੀ ਰਿਸਕ ਕੋਈ ਨਹੀਂ ਹੋ ਸਕਦੀ ਕਿਉਂਕਿ ਲੋਕ ਕਹਿੰਦੇ ਵੀ ਬੰਦਿਆਂ ਨੇ ਤਾਂ ਕਰਨਾ ਹੁੰਦਾ ਬੰਦੇ ਕਰਦੇ ਆ ਪਰ ਔਰਤ ਐਕਚੁਅਲੀ ਜੇ ਆਪਾਂ ਇੱਕ ਕਹਾਵਤ ਵੀ ਹੈ ਵੀ ਘਰ ਬੰਦਾ ਮਕਾਨ ਬੰਦਾ ਬਣਾਉਂਦਾ ਗੜਾ ਔਰਤ ਬਣਾਉਂਦੇ ਤੇ ਐਵੇਂ ਜਿਵੇਂ ਜੇ ਸਾਰੇ ਘਰ ਇਹ ਸਾਡੀ ਬੇਟੀ ਜਿਹੜੀ ਪੜ੍ਹੀ ਲਿਖੀ ਹੋਣ ਦੇ ਨਾਲ ਨਾਲ ਅਗਾਹ ਬਧੂ ਵਿਚਾਰਾਂ ਦੀ ਵੀ ਹੈ ਤੇ ਜੇ ਸਾਰੀਆਂ ਔਰਤਾਂ ਨੂੰ ਨਾਲ ਲਾ ਕੇ ਉਹਨਾਂ ਨੂੰ ਜਾਗਰੂਕ ਕਰਕੇ ਇਸ ਪਿੰਡ ਦੀ ਨੁਹਾਰ ਬਦਲੂਗੀ ਤੇ ਮੇਰੇ ਖਿਆਲ ਚ ਸਾਡੇ ਲਈ ਜਿਹੜੀ ਮਾਣ ਦੀ ਗੱਲ ਹੋਊਗੀ ਉਹ ਇਲਾਕੇ ਨਾਲੋਂ ਵੀ ਜ਼ਿਆਦਾ ਹੋਊਗੀ ਕਿਉਂਕਿ ਸਾਨੂੰ ਐਂ ਲੱਗਦਾ ਕਿ ਸਾਡੇ ਅਸੀਂ ਇਸ ਜਿਹੜਾ ਇਹ ਸਾਡਾ ਪ੍ਰੋਡਕਟ ਹੈ ਜਿਹੜੀ ਇਹ ਸਾਡੀ ਬੇਟੀ ਹੈ ਇਹਦੇ ਇਹਦੇ ਪਿੱਛੇ ਇਹਨਾਂ ਦੀ ਜ਼ਿੰਦਗੀ ਦੇ ਪਿੱਛੇ ਸਾਡਾ ਵੀ ਹਿੱਸਾ ਹੈ ਸਾਡਾ ਵੀ ਹੱਥ ਹੈ ਤਾਂ ਇਸ ਕਰਕੇ ਸਾਨੂੰ ਬਹੁਤ ਹੀ ਅੱਜ ਮਾਣ ਮਹਿਸੂਸ ਹੋ ਰਿਹਾ ਜੀ ਜਿਵੇਂ ਇਹਨੇ ਪਿੰਡ ਦੇ ਮੂਰੇ ਲਾ ਕੇ ਇਹ ਪਿੰਡ ਦੀ ਨਹਿਰ ਬਦਲੀਆ ਇਹਨੂੰ ਅਵਾਰਡ ਮਿਲ ਰਿਹਾ ਹੈਗੇ ਤੇ ਜਦੋਂ ਤੁਹਾਡੇ ਕੋਲੇ ਪੜਦੇ ਸੀ ਉਦੋਂ ਵੀ ਆਖਾ ਬੰਦੂ ਕੰਮ ਕਰਦੇ ਹੋਣਗੇ ਉਦੋਂ ਵੀ ਅਵਾਰਡ ਲੈ ਹੋਣਗੇ ਸਤੂ ਜੀ ਹਾਂਜੀ ਬਿਲਕੁਲ ਕਰਦੇ ਸੀ ਜੀ ਬਿਲਕੁਲ ਕਰਦੇ ਸੀ ਜਿਹੜਾ ਸਾਡਾ ਐਨਐਸਐਸ ਦਾ ਕੰਮ ਹੈ ਸੋਸ਼ਲ ਵਰਕ ਦਾ ਕੰਮ ਹੈ ਉਹਨਾਂ ਚ ਵੀ ਸਾਰਿਆਂ ਚ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਨੇ ਹੌਣ ਹਾਰ ਬਿਰਵਾਨ ਕੇ ਹੋਤ ਚੀਕਨੇ ਪਤ ਜਿਹੜਾ ਬੰਦਾ ਸ਼ੁਰੂ ਤੋਂ ਕੰਮ ਕਰਦਾ ਓਸੇ ਦੇ ਦਿਮਾਗ ਚ ਚੇਟਕ ਹੁੰਦੀ ਹੈ ਤਾਂ ਹੀ ਆ ਕੇ ਜਦੋਂ ਉਹਦੇ ਹੱਥ ਚ ਕੋਈ ਚੀਜ਼ ਆਉਂਦੀ ਹੈ ਉਹਦਾ ਪਾਵਰ ਆਉਂਦੀ ਹੈ ਤੇ ਨੇਚਰਲੀ ਉਹ ਫਿਰ ਉਹਨੂੰ ਲਾਗੂ ਕਰਦਾ ਸਾਡੇ ਨਾਲ ਪ੍ਰਿੰਸੀਪਲ ਸਾਹਿਬ ਵੀ ਜੁੜੇ ਆਗੇ ਇਹਨਾਂ ਨਾਲ ਵੀ ਗੱਲ ਕਰਾਂਗੇ ਸਸ਼ੀਕਾ ਜੀ ਸਸ਼ੀਕਾ ਜੀ ਸਸ਼ੀਕਾ ਕੀ ਕਹਿਣਾ ਚਾਹੋਗੇ ਜਿਹੜਾ ਆਪਣੇ ਬੇਟੇ ਨੂੰ ਅਵਾਰਡ ਮਿਲਣ ਜਾ ਰਿਹਾ ਹੈਗਾ ਤੇ ਛੋਟੇ ਕੋਲੇ ਸਟੱਡੀ ਕਰਕੇ ਆਏਗੇ ਤੁਹਾਡੇ ਕੀ ਕਹਿਣੇ ਜਿਸ ਤਰ੍ਹਾਂ ਸ਼ਰਮਾ ਜੀ ਨੇ ਵੀ ਗੱਲ ਕੀਤੀ ਕਿ ਸੈਸ਼ਨ ਦਾ ਜੋ ਜਦੋਂ ਉਹ ਪੜ੍ਹਦੀ ਸੀ ਸਾਡੇ ਕੋਲੇ ਬੀਐਸਸੀ ਐਗਰੀਕਲਚਰ ਉਹਨੇ ਸਾਡੇ ਕੋਲੇ ਕੀਤੀ ਹੈ ਉਦੋਂ ਵੀ ਉਹ ਸਾਡੇ ਟਾਪਰ ਸਟੂਡੈਂਟ ਦੇ ਵਿੱਚੋਂ ਹੀ ਇੱਕ ਸੀ ਤੇ ਅਕਸਰ ਉਹਨਾਂ ਦੇ ਜੋ ਐਚਓਡੀ ਨੇ ਉਹਨਾਂ ਨਾਲ ਉਹਨਾਂ ਦੀ ਗੱਲ ਹੁੰਦੀ ਸੀ ਕਿ ਕੀ ਉਹਦਾ ਅੱਗੇ ਮਨ ਹੈ ਤੇ ਹਮੇਸ਼ਾ ਤੋਂ ਹੀ ਉਹਦਾ ਇੱਕ ਹੀ ਸੁਪਨਾ ਰਿਹਾ ਵੀ ਮੈਂ ਕੁਝ ਕਰ ਕਰਾਂ ਆਪਦੇ ਪੈਰਾਂ ਤੇ ਖੜਾ ਹੋਵਾਂ ਖੜੀ ਹੋਵਾਂ ਤੇ ਆਪਦੇ ਸਮਾਜ ਵਾਸਤੇ ਕੁਝ ਕਰਾਂ ਤੇ ਜਦੋਂ ਸਾਨੂੰ ਇਸ ਗੱਲ ਬਾਰੇ ਪਤਾ ਲੱਗਿਆ ਵੀ ਹਾਂ ਵੀ ਹੁਣ ਇਹ ਉਹ ਬਹੁਤ ਵਧੀਆ ਤਰੀਕੇ ਨਾਲ ਜੋ ਦੇ ਮੁੱਢਿਆਂ ਤੇ ਇੱਕ ਪਹਾੜ ਹੈ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਨਿਭਾ ਰਹੀ ਹੈ ਤੇ ਵਾਕੀ ਜੀ ਮੇ ਸ਼ਰਮਾ ਜੀ ਨੇ ਵੀ ਇੱਕ ਗੱਲ ਕਹੀ ਕਿ ਸਾਨੂੰ ਐਂ ਲੱਗਦਾ ਵੀ ਹਾਂ ਸਾਡੀ ਜੋ ਦਿੱਤੀ ਹੋਈ ਪੜ੍ਹਾਈ ਉਹਨੂੰ ਜੋ ਐਜੂਕੇਸ਼ਨ ਹੈ ਉਹ ਕਿਤੇ ਨਾ ਕਿਤੇ ਅਸੀਂ ਸਹੀ ਰਾਹਾਂ ਤੇ ਤੁਰ ਰਹੇ ਹਾਂ ਤੇ ਬੱਚਿਆਂ ਨੂੰ ਇੱਕ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਜੋ ਸਾਡੀ ਕੋਸ਼ਿਸ਼ ਹਮੇਸ਼ਾ ਤੋਂ ਬਾਬਾ ਫਰੀਦ ਗਰੁੱਪ ਦੀ ਰਹੀ ਹੈ ਉਹ ਅਸੀਂ ਆਪ ਦੇ ਵਿੱਚ ਇੱਕ ਮੰਨਦੇ ਹਾਂ ਵੀ ਅਸੀਂ ਕਾਮਯਾਬ ਹੋ ਰਹੇ ਹਾਂ ਤਾਂ ਸਾਨੂੰ ਇਸ ਕਰਕੇ ਇੱਕ ਬੜੀ ਖੁਸ਼ੀ ਮਹਿਸੂਸ ਬੱਚਾ ਸਾਡਾ ਆਪ ਦਾ ਇੱਕ ਸਟੂਡੈਂਟ ਇੰਨਾ ਵਧੀਆ ਕੰਮ ਕਰ ਰਿਹਾ ਤੇ ਇੰਨਾ ਵਧੀਆ ਉਹਨੂੰ ਅਵਾਰਡ ਮਿਲ ਰਿਹਾ ਤੇ ਕਿਤੇ ਨਾ ਕਿਤੇ ਉਹ ਅਵਾਰਡ ਉਹਨੂੰ ਨਹੀਂ ਤੇ ਸਾਨੂੰ ਐ ਲੱਗਦਾ ਵੀ ਸਾਨੂੰ ਵੀ ਕਿਤੇ ਨਾ ਕਿਤੇ ਅਵਾਰਡ ਮਿਲ ਰਿਹਾ ਇਹ ਇੱਕ ਪਿੰਡ ਦੀ ਜਿਹੜੀ ਧੀ ਸੀਗੀ ਇਸ ਨੇ ਅੱਗੇ ਲੱਕੇ ਪਿੰਡ ਦੀ ਨਿਹਾਰ ਬਦਲੀ ਹੈ ਪਰ ਕਈ ਵਾਰੀ ਜਿਹੜੇ ਸਰਪੰਚ ਬਣ ਜਾਂਦੇ ਆ ਉਹਨਾਂ ਦੇ ਹਾਪ ਭਾਪ ਜਿਹੜੇ ਆਪਦੇ ਦਿਲ 'ਚ ਹੀ ਦੱਬੇ ਰਹਿ ਜਾਂਦੇ ਆ ਕਿਉਂਕਿ ਮਰਦ ਪ੍ਰਧਾਨ ਹੋਣ ਕਾਰਨ ਜਿਹੜਾ ਸਰਪੰਚੀ ਹੈ ਜਾਂ ਮੈਂਬਰੀ ਹੈ ਉਹ ਘਰ ਦੇ ਜਾਂ ਪਤੀ ਜਾਂ ਪਿਤਾ ਜਾਂ ਭਰਾ ਹੀ ਕਰਦਾ ਹੈਗਾ ਪਰ ਇਹ ਸ਼ਸ਼ਨਦੀਪ ਕੌਰ ਨੇ ਅੱਗੇ ਲਾ ਕੇ ਖੁਦ ਆਪ ਕੰਮ ਕਰਨੇ ਚਾਹੇ ਹੈ ਤੇ ਅੱਗੇ ਵੀ ਵਧਿਆ ਹੈ ਅਤੇ ਪਿੰਡ ਦੀ ਨਹਾਰ ਵੀ ਬਦਲੀ ਹੈ ਤੇ ਦੇਸ਼ ਦਾ ਪਿੰਡ ਦਾ ਨਾਂ ਵੀ ਰੋਸ਼ਨ ਕੀਤਾ ਹੈਗਾ ਬਠਿੰਡਾ ਤੋਂ ਅਜੀਤ ਟੀਵੀ ਲਈ ਨਰ ਸਿੰਘ ਸਿੱਧੂ ਦੀ ਰਿਪੋਰਟ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ अजीत ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ अजीत ਦਾ ਅਫੀਸ਼ੀਅਲ ਪੇਜ ਡੇਲੀ अजीत ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ अजीत ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ अजीत ਦਾ ਅਫੀਸ਼ੀਅਲ YouTube ਚੈਨਲ अजीत ਵੈਬ ਟੀਵੀ ਸਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ